ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਕਿੱਥੇ ਆਇਆ ਬਿਜਲੀ ਦਾ 80 ਲੱਖ ਦਾ ਬਿੱਲ ਤੇ ਕਿਉਂ 4000 ਗਰੀਬ ਪਰਿਵਾਰ ਬਿਨਾਂ ਪਾਣੀ ਤੋਂ ਜ਼ਿੰਦਗੀ ਕਰ ਰਹੇ ਨੇ ਬਤੀਤ। ਪਾਣੀ ਆਈ ਜਾਂਦੀ ਏ, ਉਹਨੇ ਬੁੜੀਆਂ ਭਾਰਦੀਆਂ, ਕੋਈ ਬੁੜੀ ਲੜ ਪਈ, ਘੋੜ ਪਈ, ਕਿਹਨੇ ਕੋਈ ਜੋ ਸਿਰ ਪਾੜ ਦਿੱਤਾ, ਕੋਈ ਭੈਣ ਦਾ ਮੋਲ ਬਾ ਜ਼ਿੰਮੇਵਾਰ ਹੈਗਾ ਵੇ। ਹੈਗਾ ਸਾਡਾ ਤਕਰੀਬਨ 70 ਤੋਂ 80 ਲੱਖ ਰੁਪਈਆ, ਕੋਈ ਹਿਸਾਬ ਨਹੀਂ ਕਿਸੇ ਕੋਲ, ਕੋਈ ਇਹਦਾ ਲੈਣ ਦੇਣ ਨਹੀਂ ਹੈਗਾ, ਕੀ ਕਿਸੇ ਨੇ ਦਿੱਤਾ, ਕੀ ਕਿਸੇ ਨੇ ਲਿਆ, ਨਾ ਕੋਈ ਇਹਦਾ ਕਲੀਅਰ। ਘੱਟੋ ਘੱਟ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਪੀਣ ਵਾਲੇ ਪਾਣੀ ਤੋਂ ਮੁਤਾਜ ਨਾ ਕੀਤਾ ਜਾਵੇ, ਬਹੁਤ ਜ਼ਰੂਰਤ ਹੈ। ਬੱਚੇ ਸਕੂਲ ਨਹੀਂ ਜਾ ਸਕਦੇ, ਇੱਥੋਂ ਤੱਕ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਪਾਣੀ ਦਾ ਹੁਣ ਇਸ ਟਾਈਮ ਕੋਈ ਪ੍ਰਬੰਧ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਜਲ ਸਪਲਾਈ ਵਿਭਾਗ ਵੱਲੋਂ ਪਾਣੀ ਸਪਲਾਈ ਦੀ ਟੈਂਕੀ ਨੂੰ ਲੱਗੀ ਮੋਟਰ ਅਤੇ ਬਿਜਲੀ ਦਾ ਬਿੱਲ ਉਸਦਾ ਆਇਆ 80 ਲੱਖ ਰੁਪਈਏ ਦਾ, ਜਿਸ ਦੇ ਚੱਲਦਿਆਂ ਕਪੂਰਥਲਾ ਦਾ 4000 ਤੋਂ ਵੱਧ ਆਬਾਦੀ ਵਾਲਾ ਪਿੰਡ ਲਖਨਕਲਾ ਦੇ ਗਰੀਬ ਲੋਕ ਪਿਛਲੇ 2 ਹਫ਼ਤੇ ਤੋਂ ਪਾਣੀ ਦੇ ਲਈ ਮੁਹਤਾਜ਼ ਹੋਏ ਪਏ ਨੇ, ਇੱਕ ਇੱਕ ਬੂੰਦ ਪਾਣੀ ਦੇ ਲਈ ਤਰਸ ਰਹੇ ਨੇ। ਜਦਕਿ ਪੰਜਾਬ ਸਰਕਾਰ ਵੱਲੋਂ ਚੀਫ ਪ੍ਰਿੰਸੀਪਲ ਸਕੱਤਰ ਵੱਲੋਂ ਜਾਰੀ ਸਖ਼ਤ ਆਦੇਸ਼ਾਂ ਦੇ ਖਤਮ ਮੁਤਾਬਕ ਜਲ ਸਪਲਾਈ ਵਿਭਾਗ ਸਕੀਮ ਦੇ ਤਹਿਤ ਪੰਜਾਬ ਪਾਵਰਕੌਮ ਵਿਭਾਗ ਕਿਸੇ ਵੀ ਸੂਰਤ ਦੇ ਵਿੱਚ ਪਿੰਡ ਜਾਂ ਸ਼ਹਿਰ ਦੇ ਵਿੱਚ ਬਣੀ ਹੋਈ ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਦੇ ਬਿਜਲੀ ਦੇ ਮੋਟਰ ਕਨੈਕਸ਼ਨ ਨਹੀਂ ਕੱਟ ਸਕਦਾ। ਆਖਿਰ ਕੀ ਇਹ ਪੂਰਾ ਮਾਮਲਾ, ਆਓ ਸਮਝਣ ਦੀ ਕਰਦੇ ਹਾਂ ਕੋਸ਼ਿਸ਼। ਕੀ ਨਾਮ ਹੈ ਜੀ ਆਪਣਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਮਲਪ੍ਰੀਤ ਸਿੰਘ ਹੈ ਅਤੇ ਮੈਂ ਪਿੰਡ ਲਖਨਕਲਾਂ ਤੋਂ ਬਿਲੋਂਗ ਕਰਦਾ ਜੀ। ਅਤੇ ਅਸੀਂ ਇੱਥੇ ਜੋ ਮਤਲਬ ਅੱਜ ਕੱਲ੍ਹ ਜਿਹੜੀ ਮੇਨ ਪ੍ਰੋਬਲਮ ਨੂੰ ਅਸੀਂ ਫੇਸ ਕਰ ਰਹੇ ਹਾਂ, ਜਿਹੜੀ ਸਮੱਸਿਆ ਹੈ ਉਹ ਸਭ ਤੋਂ ਪਹਿਲੀ ਸਮੱਸਿਆ ਹੈ ਕਿ ਸਾਡੇ ਇੱਥੇ ਵਾਟਰ ਸਪਲਾਈ ਲਈ ਸੈਨੀਟੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਪ੍ਰੋਜੈਕਟ ਸੀ ਸਾਫ਼ ਪਾਣੀ ਦੇਣ ਲਈ, ਪਾਣੀ ਦੀ ਟੈਂਕੀ ਲੱਗੀ ਸੀ, ਉਹ ਪਾਣੀ ਦੀ ਟੈਂਕੀ ਦਾ ਕਨੈਕਸ਼ਨ ਬਿਜਲੀ ਬੋਰਡ ਦੁਆਰਾ ਕੱਟ ਦਿੱਤਾ ਗਿਆ। ਜਦੋਂ ਕਿ ਇਸ ਸਾਡੇ ਪਿੰਡ ਨੂੰ ਜਿਹਦੇ ਵਿੱਚ ਕਰੀਬ 2 ਪੰਚਾਇਤਾਂ ਕੰਮ ਕਰਦੀਆਂ ਨੇ, ਇਸ ਲੱਖਣਕਲਾਂ ਦੇ ਵਿੱਚ ਪੱਤੀ ਕਿੱਜਰਪੁਰ ਅਤੇ ਲੱਖਣਕਲਾਂ 2 ਪੰਚਾਇਤਾਂ ਕੰਮ ਕਰਦੀਆਂ ਨੇ, 4000 ਦੇ ਕਰੀਬ ਕਰੀਬ ਆਬਾਦੀ ਇਸ ਪਿੰਡ ਦੀ, ਉਹਦੇ ਵਿੱਚੋਂ ਕੁਝ ਇੱਕ ਘਰ ਨੇ ਜਿਹੜੇ ਆਰਥਿਕ ਪੱਖੋਂ ਥੋੜ੍ਹੇ ਜਿਹੇ ਮਜ਼ਬੂਤ ਨੇ, ਉਹਨਾਂ ਘਰਾਂ ਦੇ ਵਿੱਚ ਤਾਂ ਚਲੋ ਮੋਟਰਾਂ ਲੱਗੀਆਂ ਨੇ, ਆਪਣਾ ਪਾਣੀ ਦਾ ਪ੍ਰਬੰਧ ਹੈ। ਅਤੇ ਇਹ ਕਹਿ ਸਕਦੇ ਕਿ 70 ਤੋਂ 80% ਤੱਕ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾ, ਪੀਣ ਯੋਗ ਪਾਣੀ ਦਾ ਸਰੋਤ ਸਿਰਫ ਤਾਂ ਸਿਰਫ ਉਹ ਟੈਂਕੀ ਸੀ। ਉਹ ਟੈਂਕੀ ਨੂੰ ਬੰਦ ਹੋਇਆ ਅੱਜ 8 ਦਿਨ ਹੋ ਚੁੱਕੇ ਆ, ਕਿਸੇ ਤਰੀਕੇ ਦਾ ਲੋਕਾਂ ਦੇ ਕੋਲ ਪਾਣੀ ਦਾ ਹੋਰ ਸਾਧਨ ਮੁਹੱਈਆ ਨਹੀਂ ਹੋ ਰਿਹਾ। ਨੌਜਵਾਨ ਭਲਾਈ ਮੰਚ ਵੱਲੋਂ ਅਸੀਂ ਜੋ ਕਰ ਸਕਦੇ ਸੀ, ਅਸੀਂ ਘਰ ਉੱਥੇ ਟੈਂਕਰ ਪਹੁੰਚਾਏ ਜਾ ਰਹੇ ਨੇ ਗਲੀਆਂ ਦੇ ਵਿੱਚ, ਪਰ ਅਸੀਂ ਟੈਂਕਰਾਂ ਨਾਲ ਵੀ ਕਿੰਨੀ ਕੁ ਪੂਰਤੀ ਮਤਲਬ ਪਾਣੀ ਦੀ ਕਰ ਸਕਦੇ ਹਾਂ, ਕਿ ਸਾਡੇ ਲੈਵਲ ਤੱਕ ਜੋ ਹੋਇਆ ਸੀ ਅਸੀਂ ਉਹ ਕੋਸ਼ਿਸ਼ ਕੀਤੀ ਹੈ। ਪਰ ਚਲੋ ਅਸੀਂ ਹੁਣ ਇਸ ਟਾਈਮ 'ਤੇ, ਅੱਜ ਵੀ ਥੋੜ੍ਹੀ ਦੇਰ ਪਹਿਲਾਂ ਇੱਕ ਬਹੁਤ ਭਾਰੀ ਰੋਸ ਮੁਜ਼ਾਹਰਾ ਹੋਇਆ, ਇੱਥੇ ਲੋਕ ਇਕੱਠੇ ਹੋ ਕੇ ਉਹਨਾਂ ਨੇ ਟੈਂਕੀ ਦਾ ਘਿਰਾਓ ਕੀਤਾ, ਉਹਨਾਂ ਟੈਂਕੀ ਦੇ ਜੋ ਪ੍ਰਬੰਧਕ ਸੀ ਉਹਨਾਂ ਨੂੰ ਸਵਾਲ ਕੀਤੇ ਨੇ, ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਪ੍ਰਤੀ ਲੋਕਾਂ ਦੇ ਵਿੱਚ ਗੁੱਸਾ ਸੀ ਕਿ ਅਸੀਂ ਪੀਣ ਵਾਲੇ ਪਾਣੀ ਤੋਂ ਬਿਨਾਂ ਬੈਠੇ ਹਾਂ। ਇੱਕ ਪਾਸੇ ਤਾਂ ਸਰਕਾਰਾਂ ਇਹ ਗੱਲ ਕਹਿੰਦੀਆਂ ਪਈਆਂ ਨੇ ਕਿ ਅਸੀਂ ਆਪਣੇ ਜੋ ਮਤਲਬ ਸਾਡੇ ਪੰਜਾਬ ਦੀ ਜੋ ਜਨਤਾ ਹੈ, ਪੰਜਾਬ ਦੇ ਜੋ ਆਮ ਲੋਕ ਹੈ, ਉਹਨਾਂ ਨੂੰ ਕਿਸੇ ਤਰੀਕੇ ਦੀ ਅਸੀਂ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ, ਖਾਸ ਕਰਕੇ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਹੈਲਥ ਹੋ ਗਈ, ਸਾਫ਼ ਪੀਣ ਯੋਗ ਪਾਣੀ ਹੋ ਗਿਆ, ਬਿਜਲੀ, ਐਜੂਕੇਸ਼ਨ। ਤਾਂ ਤੁਸੀਂ ਇਸ ਪਿੰਡ ਦਾ ਇੱਕ ਦੌਰਾ ਕਰਕੇ ਦੇਖ ਲਓ, ਇਸ ਪਿੰਡ ਦੇ ਵਿੱਚ ਪੀਣ ਯੋਗ ਪਾਣੀ ਦੀ ਬਹੁਤ ਹੀ ਭਾਰੀ ਕਿੱਲਤ ਹੈ। ਸਮੱਸਿਆ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਇਹ ਜਿਹੜੀ ਟੈਂਕੀ ਹੈ, ਇਹਦਾ ਬਿੱਲ ਕਰੀਬ ਕਰੀਬ 70 ਤੋਂ 80 ਲੱਖ ਦੇ ਵਿਚਕਾਰ ਬਣ ਚੁੱਕਾ ਹੈ। ਹੁਣ ਲੋਕਾਂ ਦੀ ਇਹ ਸਮੱਸਿਆ, ਲੋਕ ਕਹਿੰਦੇ ਜੀ ਅਸੀਂ ਬਿੱਲ ਦਿੱਤਾ ਆ, ਅਤੇ ਦੂਜੇ ਪਾਸੇ ਜਦੋਂ ਬਿਜਲੀ ਬੋਰਡ ਦਾ ਇਹ ਕਹਿਣਾ ਕਿ ਸਾਡੇ ਕੋਲ ਬਿੱਲ ਨਹੀਂ ਆਇਆ, ਅਸਲੀਅਤ ਕੀ ਹੈ? ਇਹ ਤਾਂ ਹੁਣ ਜਦੋਂ ਸਾਰੇ ਬੈਠਣਗੇ ਉਦੋਂ ਹੀ ਪਤਾ ਲੱਗੇਗਾ, ਅਤੇ ਇਹਦੀ ਪੜਤਾਲ ਵੀ ਕਰਵਾਈ ਜਾਵੇ। ਅਤੇ ਅਸੀਂ ਫਿਲਹਾਲ ਇਹ ਮੰਗ ਕਰਦੇ ਹਾਂ ਕਿ ਲੋਕਾਂ ਦੇ ਕੋਲੋਂ ਜਿਹੜਾ ਪੀਣ ਵਾਲਾ ਪਾਣੀ ਹੈ ਉਹਦੀ ਜਿਹੜੀ ਸਹੂਲਤ ਹੈ ਉਹਨੂੰ ਨਾ ਖੋਇਆ ਜਾਵੇ,
ਜਿੱਥੇ ਸਰਕਾਰ ਹੋਰ ਕਰੋੜਾਂ ਰੁਪਇਆਂ ਦੀ ਫੰਡਿੰਗ ਕਰਦੀ ਹੈ, ਪ੍ਰੋਜੈਕਟ ਕਰਦੀ ਹੈ, ਇਨਵੈਸਟ ਕਰਦੀ ਹੈ, ਜਾਂ ਲੋਕ ਹੋਰ ਲੋਕਾਂ ਨੂੰ ਇੰਨੀਆਂ ਸਹੂਲਤਾਂ ਦਿੰਦੀ ਹੈ, ਘੱਟੋ ਘੱਟ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਪੀਣ ਵਾਲੇ ਪਾਣੀ ਤੋਂ ਮੁਤਾਜ ਨਾ ਕੀਤਾ ਜਾਵੇ, ਬਹੁਤ ਜ਼ਰੂਰਤ ਹੈ। ਬੱਚੇ ਸਕੂਲ ਨਹੀਂ ਜਾ ਸਕਦੇ, ਇੱਥੋਂ ਤੱਕ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਪਾਣੀ ਦਾ ਹੁਣ ਇਸ ਟਾਈਮ ਕੋਈ ਪ੍ਰਬੰਧ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਇਸ ਆਪਣਾ ਰਘਵੀਰ ਸਿੰਘ, ਹਾਂਜੀ, ਕਿਹੜਾ ਪਿੰਡ ਹੋ? ਪਿੰਡ ਲੱਖਣਗਾ ਪੱਤੀ ਕਿੱਜੇ। ਹਾਂਜੀ, ਤੁਸੀਂ ਜਿਹੜੇ ਕਿ ਪਾਣੀ ਜਿਹੜੀ ਸਪਲਾਈ ਦੇ ਰਹੇ ਹੋ, ਅਤੇ ਕੀ ਕਾਰਨ ਹੈ ਕਿ ਤੁਸੀਂ ਜਿਹੜੇ ਕਿ ਆਪਣੇ ਵੱਲੋਂ ਪਿੰਡ ਦੀ ਸਪਲਾਈ ਪਾਣੀ ਨੂੰ ਦੇ ਰਹੇ ਹੈ? ਇਹ ਬਿਜਲੀ ਦਾ ਕਨੈਕਸ਼ਨ ਕੱਟੇ ਜਾਣ ਕਰਕੇ ਸਾਨੂੰ ਮਤਲਬ ਕਿ ਲੋਕਾਂ ਨੇ ਆ ਕੇ ਕਿਹਾ ਵੀ ਪਾਣੀ ਦੀ, ਮਤਲਬ ਕਿ ਸਰਪੰਚ ਨੂੰ, ਪੰਚਾਇਤ ਨੂੰ ਕਿਹਾ ਵੀ ਬਹੁਤ ਦਿੱਕਤ ਹੈ। ਅਸੀਂ ਫਿਰ ਭਲਾਈ ਮੰਚ ਦੇ ਨਾਲ ਆਪਣੀ ਸਲਾਹ ਕਰਕੇ ਟੈਂਕੀ ਲਿਆ ਕੇ ਹਰੇਕ ਮੁਹੱਲੇ ਦੇ ਵਿੱਚ ਲੋੜ ਮੁਤਾਬਕ, ਮਤਲਬ ਪੂਰਤੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਲੋੜ ਮੁਤਾਬਕ ਅਸੀਂ ਮਤਲਬ ਕਿ ਟੈਂਕੀਆਂ ਪਹੁੰਚਾਈਆਂ। ਅਤੇ ਅੱਜ ਵੀ ਮੁੰਡੇ ਦੁਆਰਾ ਫਿਰ ਇੱਕ ਦਿਨ ਵਿੱਚ ਕਨੈਕਸ਼ਨ ਲਾਇਆ ਗਿਆ ਸੀ ਜਾਂ ਕਿਸ ਤਰ੍ਹਾਂ ਚਲਾਈ ਸੀ, ਅਤੇ ਹੁਣ ਦੁਬਾਰਾ ਫਿਰ ਕੱਟ ਹੋਣ ਕਾਰਨ ਅਸੀਂ ਅੱਜ ਫਿਰ ਦੁਬਾਰਾ ਜਿੱਥੇ ਵੀ ਲੋੜ ਆ ਅਸੀਂ ਉੱਥੇ ਮਤਲਬ ਪਾਣੀ ਪਹੁੰਚਾ ਰਹੇ ਹਾਂ। ਅਤੇ ਜਿਹੜੇ ਪਾਣੀ ਦੀ ਸਮੱਸਿਆ ਕਿੰਨੇ ਟਾਈਮ ਤੋਂ ਹੋ ਰਹੀ ਹੈ? ਦੇਖੋ ਹੁਣ ਫਿਲਹਾਲ ਤੋਂ ਹੁਣ ਜ਼ਿਆਦਾ ਹੋਈ ਸਮੱਸਿਆ, ਅਤੇ ਹੁਣ ਇਹ ਵੀ ਜ਼ਾਹਰ ਹੋ ਰਿਹਾ ਵੀ ਇਹਦਾ ਮਤਲਬ ਕਿ ਟੈਂਕੀ ਦਾ ਜਿਹੜਾ ਬਿੱਲ ਆ ਉਹ ਬਹੁਤ ਜ਼ਿਆਦਾ ਬਣ ਗਿਆ, ਇਸ ਕਰਕੇ ਇਹਦਾ ਜ਼ਿਆਦਾ ਕਨੈਕਸ਼ਨ ਕੱਟਿਆ ਗਿਆ। ਕਿੰਨਾ ਬਿੱਲ ਕਿੰਨਾ ਹੋ ਗਿਆ? ਤਕਰੀਬਨ 70 ਲੱਖ ਕਹਿ ਰਹੇ, ਕੋਈ 74 ਕਹਿ ਰਿਹਾ, ਇਹ ਵੱਖਰਾ ਵੱਖਰਾ, ਮਤਲਬ ਕਿ ਪੂਰਾ ਕਲੀਅਰ ਨਹੀਂ ਹੋ ਰਿਹਾ ਵੀ ਕਿੰਨਾ ਆ, ਮਤਲਬ ਕਿ 70 ਲੱਖ ਤੋਂ ਉੱਪਰ ਆ। ਪੰਚਾਇਤ ਦੇਖੋ, ਪੰਚਾਇਤ ਜੇਕਰ ਇਹ ਮੁੜ ਤੋਂ ਆਪਣੇ ਹੱਥ ਵਿੱਚ ਇਹ ਕੰਮ ਲਿਆ ਹੁੰਦਾ ਤਾਂ ਅੱਜ ਤੱਕ ਇਹ ਨੌਬਤ ਨਹੀਂ ਹੋਣੀ। ਇਸ ਸੰਬੰਧੀ ਕੋਈ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੋਈ ਧਿਆਨ ਵਿੱਚ ਲਿਆਂਦਾ ਕੋਈ? ਹੁਣ ਦੇਖੋ, ਹੁਣ ਤੁਹਾਡੇ ਥਰੂ ਅਸੀਂ ਮਤਲਬ ਕਿ ਆਪਣੀ ਸਰਕਾਰ ਤੱਕ ਅਸੀਂ ਗੱਲ ਪੁਚਾ ਰਹੇ ਹਾਂ ਵੀ ਉਹ ਇਸ ਮਸਲੇ ਦਾ ਕੋਈ ਨਾ ਕੋਈ ਵਧੀਆ ਢੰਗ ਦੇ ਨਾਲ ਹੱਲ ਕਰਨ, ਤਾਂ ਜੋ ਜਿਹੜੀ ਪਬਲਿਕ ਆ ਇਹ ਪਾਣੀ ਤੋਂ ਮਤਲਬ ਕਿ ਜਿਹੜੀ ਐਟ ਟਾਈਮ ਬਹੁਤ ਤੰਗ ਆ ਉਹਦਾ ਹੱਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪਿੰਡ 'ਚ ਕੀ ਹੋਰ ਕੀ ਸਮੱਸਿਆ ਵਾ? ਦੇਖੋ, ਸਮੱਸਿਆ ਤਾਂ ਤਕਰੀਬਨ ਪਿੰਡਾਂ ਦੇ ਵਿੱਚ ਆਮ ਚੱਲਦੀਆਂ ਰਹਿੰਦੀਆਂ, ਪਰ ਫਿਰ ਵੀ ਜਿਹੜੀ ਇਸ ਟਾਈਮ ਜਿਹੜੀ ਮੇਜਰ ਸਮੱਸਿਆ ਉਹ ਇਹ ਪਾਣੀ ਦੀ ਆ, ਇਹ ਚੱਲ ਰਹੀ ਹੈ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਂ ਜਸਵਿੰਦਰ ਬੁੱਟਾ। ਹਾਂਜੀ, ਕਿਹੜਾ ਪਿੰਡ? ਲੱਖਣ ਕਲਾਂ ਤੋਂ। ਅੱਜ BSP ਤੋਂ ਜ਼ਿਲ੍ਹਾ ਸਕੱਤਰ ਕਪੂਰਥਲਾ ਵੱਲੋਂ ਮੈਂ ਜੋ ਵੀ ਪਿੰਡ 'ਚ ਵਾਪਰਾ, ਪਿੰਡ ਵਿੱਚ ਦੁਰਘਟਨਾ ਵਾਪਰੀ ਆ, ਪਾਣੀ ਦੀ ਸਮੱਸਿਆ ਜੋ ਵੀ ਸਾਡੇ ਪਿੰਡ ਵਿੱਚ ਹੋਈ ਅੱਜ, ਇਹ ਬੜੇ ਲੰਬੇ ਸਮੇਂ ਤੋਂ ਇਹ ਚੱਲਦਾ ਆਉਣ ਡਿਆ, ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਹੜੇ ਗਰੀਬ ਲੋਕ ਆ ਇਹਨਾਂ ਦੇ ਘਰਾਂ ਵਿੱਚ ਜਿਹੜੀਆਂ ਕਿ ਸਬਮਰਸੀਬਲ ਮੋਟਰਾਂ ਨਹੀਂ ਲੱਗੀਆਂ ਜਾਂ ਟੈਂਕੀਆਂ ਨਹੀਂ ਰੱਖ ਹੋਈਆਂ, ਕਿ ਜਿਹੜੇ ਪਾਣੀ ਤੋਂ ਜਿਹੜੇ ਅੱਜ ਵਾਂਝੇ ਤੁਰੇ ਫਿਰਦੇ ਆ, ਕਿਉਂਕਿ ਅੱਜ ਸਮੇਂ ਸਿਰ ਸਰਕਾਰਾਂ ਆਈਆਂ ਅਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਜਿਹੜੇ ਬਿੱਲ ਲੈਂਦੇ ਰਹੇ, ਕਰਾਉਂਦੇ ਰਹੇ ਆ, ਉਹਨਾਂ ਕੋਲੋਂ ਜੋ ਵੀ ਆ ਪੁੱਛਗਿੱਛ ਕੀਤੀ ਜਾਵੇ ਵੀ ਜਿਹੜਾ ਬਿੱਲ ਦੀ ਜਿਹੜੀ ਆ ਸਥਿਤੀ ਆ ਉਹ ਕਿੱਦਾਂ ਹੋਈ ਆ ਪਿਛਲੇ ਸਮੇਂ 'ਚ, ਉਹਦੀ ਜਾਣਕਾਰੀ ਪੂਰੀ ਲਈ ਜਾਵੇ, ਕਿਉਂਕਿ ਬਿੱਲ ਲੋਕ ਦਿੰਦੇ ਸੀਗੇ ਜਾਂ ਕੁਛ ਕਰ ਦਿੰਦੇ ਸੀ ਜਾਂ ਜਿਹੜੇ ਨਹੀਂ ਸੀ ਦਿੰਦੇ ਉਹਨਾਂ ਦੀ ਜਿਹੜੀ ਪੂਰਾ ਬਾਇਓ ਡਾਟਾ ਲਿਆ ਜਾਵੇ ਅਤੇ ਉਹਨਾਂ ਦੀ ਜਾਣ ਪੜਤਾਲ ਕੀਤੀ ਜਾਵੇ ਅਤੇ ਜਿਹੜਾ ਪੈਸਾ ਇੰਨਾ ਇਹ ਪਿੰਡ ਦਾ ਕਿੱਥੇ ਗਿਆ, ਇਹ ਆਪਾਂ ਨੂੰ ਦੇਖਣ ਦੀ ਲੋੜ ਅੱਜ, ਕਿਉਂਕਿ ਆਪਾਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਅੱਜ ਦੀ ਕਾਂਗਰਸ ਸਰਕਾਰ ਕੋਲੋਂ ਕਿ ਜਿਹੜਾ ਸਾਡੇ ਪਿੰਡ ਲੱਖਣ ਕਲਾਂ ਦੇ ਵਿੱਚ ਟੈਂਕੀ ਦੀ ਸਥਿਤੀ ਬਣੀ ਪਈ ਆ ਇਹਦਾ ਜੋ ਕਿ ਹੱਲ ਕੱਢਿਆ ਜਾਵੇ ਛੇਤੀ ਤੋਂ ਛੇਤੀ, ਅਤੇ ਗਰੀਬ ਲੋਕ ਜਿਹੜੇ ਇਹ ਪਾਣੀ ਪੀ ਸਕਣ ਅਤੇ ਪਾਣੀ ਤੋਂ ਜਿਹੜੇ ਵਾਂਝੇ ਨਾ ਰਹਿ ਸਕਣ। ਸਾਡੇ ਗਰੀਬ ਪਰਿਵਾਰਾਂ ਦੀ ਸਮੱਸਿਆ ਇਹ ਬੜੀ ਤੜੀ ਸਮੱਸਿਆ ਵਾ, ਅਸੀਂ ਸਰਕਾਰਾਂ ਕੋਲ ਮੰਗ ਕਰਦੇ ਹਾਂ ਇਹ ਵੀ ਜਿਹੜੀ ਆਉਣ ਵਾਲੀ ਸਰਕਾਰ ਆ ਕਾਂਗਰਸ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਪਾਣੀ ਦਾ ਹੱਲ ਕੀਤਾ ਜਾਵੇ, ਇਹ ਟੈਂਕੀ ਦਾ ਜਿਹੜਾ ਇੰਨਾ ਬਿੱਲ ਆ ਇਹਦੇ ਵਾਸਤੇ ਸੋਚ ਵਿਚਾਰ ਕੀਤੀ ਜਾਵੇ। ਇੰਨੀ ਗੱਲ ਨੂੰ ਸਮਾਪਤ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਟੈਂਕੀ ਦਾ ਕਨੈਕਸ਼ਨ ਕੱਟਣ ਦਾ ਮਾਮਲਾ ਸਾਹਮਣੇ ਆਇਆ, ਕੀ ਕਹਿਣਾ ਚਾਹੋਗੇ? ਜਿਹੜਾ ਲੱਖਣ ਕਲਾਂ ਜਿਹੜੀ ਵਾਟਰ ਪਾਈ ਸਕੀਮ ਹੈ ਉਹਦਾ ਕਨੈਕਸ਼ਨ ਜਿਹੜਾ PSPCL ਨੇ ਕਨੈਕਸ਼ਨ ਕੱਟ ਦਿੱਤਾ,
ਕਿਉਂਕਿ ਉੱਥੇ ਬਿਜਲੀ ਦਾ ਜਿਹੜਾ ਹੈਗਾ ਬਕਾਇਆ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀਗਾ ਸਰ, ਮੇਰੇ ਧਿਆਨ ਦੇ ਵਿੱਚ ਇਹ ਗੱਲ ਹੈਗੀ ਹੈ, ਅਤੇ ਅਸੀਂ PSPCL ਨਾਲ ਮੈਟਰ ਟੇਕਅਪ ਕੀਤਾ, ਉਹਨਾਂ ਨੂੰ ਅਸੀਂ ਲੈਟਰ ਵੀ ਲਿਖੀ ਹੈ, ਅਤੇ CM ਸਾਹਿਬ ਦੀਆਂ ਇੰਸਟਰਕਸ਼ਨਾਂ ਜਿਹੜੀਆਂ ਹੈਗੀਆਂ ਵੀ ਕਿਸੇ ਵਾਟਰ ਫਲੇ ਸਕੀਮ ਦਾ ਕਨੈਕਸ਼ਨ ਨਾ ਕੱਟਿਆ ਜਾਵੇ, ਉਹ ਵੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਲੈਟਰ ਦੇ ਦਿੱਤੀ ਹੈਗੀ ਹੈ, ਅਤੇ ਜਲਦੀ ਜਲਦੀ ਕਨੈਕਸ਼ਨ ਜੋੜ ਦਿੱਤਾ ਜਾਵੇ। ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਅਲਕਾ। ਕਿਹੜਾ ਪਿੰਡ ਹੈ? ਲੱਖਣ ਕਲਾਂ। ਕੀ ਪ੍ਰੋਬਲਮ ਆ ਰਹੀ, ਕੀ ਮੁਸ਼ਕਲ ਆ ਰਹੀ? ਪਾਣੀ 8 ਦਿਨ ਹੋ ਗਏ, ਪਾਣੀ ਨਹੀਂ ਆ ਰਿਹਾ। ਅੱਜ ਤਾਂ ਸੰਡੇ ਆ, ਅਸੀਂ ਡਿਊਟੀ ਕਰਦੇ ਜਲੰਧਰ, ਅੱਜ ਆਪਾਂ ਘਰੇ ਆ, ਪਾਣੀ ਇੱਦਾਂ ਲਿਜਾ ਕੇ ਵਰਤ ਲਾਂਗੇ? ਮੇਰੇ ਬੱਚੇ ਤਾਂ ਬਿਲਕੁਲ ਛੋਟੇ ਆ, ਕਿਲੋ ਪਾਣੀ ਵੀ ਨਹੀਂ ਚੱਕ ਸਕਦੇ, ਤਾਂ ਫਿਰ ਬਾਕੀ ਦਿਨਾਂ 'ਚ ਮੇਰਾ ਕੌਣ ਮਸਲਾ ਕਰੂਗਾ ਹੱਲ? ਤੁਸੀਂ ਕੀ ਮੰਗ ਕਰਦੇ ਹੋ? ਸਾਡੀ ਸੁਣਦੀ ਨਹੀਂ, ਸਾਨੂੰ ਪਾਣੀ ਚਾਹੀਦਾ ਵਾ, ਅਸੀਂ ਬਿੱਲ ਵੀ ਤਾਰਦੇ ਰਹੇ ਆ, ਬਲਕਿ ਹੁਣ ਅਸੀਂ ਬਿੱਲ ਨਹੀਂ ਤਾਰਨਾ ਹੈਗਾ। ਬਾਥਰੂਮ ਬੱਚਿਆ ਜਾਣਾ, ਟੋਇਲਟ ਵੀ ਜਾਣਾ, ਬਰੱਸ਼ ਕਰਨੇ, ਕੱਪੜੇ ਧੋਣੇ, ਕਿੱਥੋਂ ਬੱਚਿਆ ਸਿਰ ਕਿੱਥੋਂ ਧੋਣੇ ਨੇ, ਬਸ ਹੁਣ ਪਾਣੀ ਕਿੱਥੋਂ ਹੀ ਡਾਉਣਾ, ਜਾਣਾ ਹੀ ਕਿੱਥੇ, ਕਿਹੜੀ ਥਾਂ ਤੇ, ਤੁਹਾਨੂੰ ਦੱਸੋ ਮੋਟਰ ਕਿਹੜੀ ਜਿਹੜੀ ਮੋਟਰ ਤੇ ਚੱਲ ਜੀ? ਪਾਣੀ ਕਿੱਧਰ ਤੋਂ ਆਇਆ ਹੋਇਆ? ਪਾਣੀ 10 ਦਿਨ ਹੋ ਗਏ ਨੇ ਪਾਣੀ ਆਏ ਨਹੀਂ। ਪਾਣੀ ਸਾਡੀਆਂ ਬਾਲਟੀਆਂ ਚ ਵੇਖੋ ਕਿੰਨਾ ਗੰਦਾ ਹੈ, ਜਿਹੜਾ ਅਸੀਂ ਪੀ ਰਹੇ ਆ, 10 ਦਿਨਾਂ ਦਾ ਪਾਣੀ ਭਰਿਆ ਅਸੀਂ ਪੀ ਰਹੇ ਆ, ਤੇ ਵੋਟਾਂ ਵੀ ਇੰਨੇ ਮਿੱਠੇ ਦੁਪਹਿਰੀ ਹੱਥ ਲਾ ਦੇ ਨੇ, ਸਾਨੂੰ ਵੋਟਾਂ ਦਿਓ ਸਹੀ ਗੱਲ ਹੈ ਜੀ। ਪਾਣੀ ਠੀਕ ਹੈ ਜੀ, ਤੁਸੀਂ ਪਹਿਲਾਂ ਬਿੱਲ ਦਿੱਤੇ ਨੇ? ਬਿੱਲ ਪਏ ਘਰੇ ਪਏ ਨੇ, ਰਸੀਦਾਂ ਵੀ ਨੇ, ਬਿੱਲ ਨੇ ਜਿਹੜੇ ਕਾਰਡ ਦਿੱਤੇ ਹੋਏ ਨੇ, ਸਰਕਾਰ ਤੋਂ ਕੀ, ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ, ਸਰਕਾਰ ਤੋਂ ਕੀ ਮੰਗ ਕਰਦੇ ਹੋ? ਬਗੈਰ ਕੁਛ ਨੀ ਮਿਲਦਾ ਸਾਨੂੰ, ਕੋਈ ਕੋਈ ਕਹਿੰਦੀ ਟੋਇਲਟ ਨੀ ਬਣੀ, ਕੋਈ ਕਿਸੇ ਦੇ ਕੁਛ ਵੀ ਨੀ ਸਹੂਲਤ ਸਾਨੂੰ ਲੱਖਣ ਕਲਾਂ ਚ ਨਹੀਂ ਮਿਲਦਾ। ਉਹ ਵੀ ਵਿਚਾਰੀਆਂ ਰੋਂਦੀਆਂ ਬੀਬੀਆਂ, ਕਹਿੰਦੀਆਂ ਲੋਕਾਂ ਮੋਟਰਾਂ ਚਲਾਉਣ ਟੈਂਕੀਆਂ ਪਾ ਲੈ, ਗਰੀਬਾਂ ਨੇ ਪਾਣੀ ਰੱਖ ਲੈਣਾ, ਲੱਖਾਂ ਵੀ ਵੱਡਾ ਹੋਵੇ, ਬਾਕੀ ਸਾਰੇ ਲੋਕ ਗਰੀਬ ਨੇ, ਇਹੀ ਤਕੜੇ ਵਿਚਾਰੇ ਲੋਕ, ਠੀਕ ਹੈ ਜੀ, ਇਹ ਵਿਚਾਰੇ ਲੋਕ ਗਰੀਬ ਜਿਹੜੇ
ਬੇਸ਼ੱਕ ਪਿੰਡ ਵਾਲਿਆਂ ਨੇ ਆਪਣੇ ਪਾਣੀ ਦਾ ਬਿੱਲ ਬਹੁਤ ਸਮੇਂ ਸਿਰ ਭਰਿਆ ਹੈ, ਪਰ ਕਿਤੇ ਨਾ ਕਿਤੇ ਇਸੇ ਬਿੱਲ ਦੇ ਵਿੱਚ ਘਪਲਾ ਕੀਤਾ ਗਿਆ ਹੈ। ਪਿੰਡ ਵਾਲਿਆਂ ਵੱਲੋਂ ਜੋ ਪੈਸੇ ਜਮ੍ਹਾਂ ਕਰਵਾਏ ਗਏ ਨੇ ਉਸ ਦੇ ਵਿੱਚ ਵੱਡੇ ਘਪਲੇ ਦੀ ਆਸ਼ੰਕਾ ਜਤਾਉਂਦੇ ਹੋਏ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪਰ ਸਰਕਾਰ ਨੂੰ ਚਾਹੀਦਾ ਹੈ ਕਿ 4,000 ਤੋਂ ਵੱਧ ਗਰੀਬ ਪਰਿਵਾਰ ਪਾਣੀ ਦੀ ਬੂੰਦ ਬੂੰਦ ਲਈ ਇਸ ਵੇਲੇ ਤਰਸ ਰਹੇ ਨੇ, ਉਹਨਾਂ ਬਾਰੇ ਸੋਚਿਆ ਜਾਵੇ ਅਤੇ ਜਲਦ ਤੋਂ ਜਲਦ ਇਸ ਪਾਣੀ ਦੀ ਟੈਂਕੀ ਦੇ ਕਨੈਕਸ਼ਨ ਦੀ ਬਿਜਲੀ ਬਹਾਲ ਕਰਵਾਈ ਜਾਵੇ ਤਾਂ ਜੋ ਇਹਨਾਂ ਗਰੀਬ ਪਰਿਵਾਰਾਂ ਤੱਕ ਪਾਣੀ ਪਹੁੰਚਦਾ ਹੋਵੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।